ਮੈਂ ਘਿਓ ਮੰਡੀ ਲਾਗੋਂ ਕਿਤਾਬਾਂ ਦੀ ਸੇਲ ਦੇ ਪੈਸੇ ਵੱਟ ਕੇ ਐਕਟਿਵਾ 'ਚ ਰੱਖ ਕੇ ਆ ਰਿਹਾ ਸੀ ਜੀ। ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਅਤੇ ਮੇਰੇ ਮਗਰ ਮੋਟਰਸਾਈਕਲ 'ਤੇ 3 ਬੰਦੇ ਲੱਗ ਗਏ। ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ, ਮੈਂ ਐਕਟਿਵਾ 'ਤੇ ਸੀ, ਮੈਨੂੰ ਉਹਨਾਂ ਧੱਕਾ ਮਾਰਿਆ, ਮੈਂ ਡਿੱਗ ਪਿਆ। ਇੱਕ ਨੇ ਛੁਰੀ ਕੱਢ ਲਈ ਜੀ, ਉਹ ਛੁਰੀ ਕੱਢ ਕੇ ਮਾਰੀ ਆ ਮੈਨੂੰ, ਮੈਂ ਕੰਧ ਨਾਲ ਵੱਜਾ ਅਤੇ ਮੇਰੇ ਆ ਸੱਟਾਂ ਲੱਗ ਗਈਆਂ। ਅੱਛਾ ਜੀ, ਬਣੇ ਰਹੋ ਸਾਡੇ ਚੈਨਲ ਨਾਲ, ਤੁਹਾਨੂੰ ਅਗਲੇ ਜੀ ਨਿਊਜ਼ ਮੀਡੀਆ ਦੇ ਨਾਮ। ਮੇਰਾ ਨਾਂ ਸੁਰਜੀਤ ਕੁਮਾਰ ਹੈਗਾ ਜੀ, ਅਤੇ ਮੈਂ ਗਲੀ ਨੰਬਰ 19 'ਚ ਪਵਨ ਨਗਰ ਰਹਿੰਦਾ ਜੀ। ਕੀ ਗੱਲ ਕੀ ਹੋਈ ਭਾਈ ਅੱਜ? ਮੈਂ ਘਿਓ ਮੰਡੀ ਲਾਗੋਂ ਕਿਤਾਬਾਂ ਦੀ ਸੇਲ ਦੇ ਪੈਸੇ ਵੱਟ ਕੇ ਐਕਟਿਵਾ 'ਚ ਰੱਖ ਕੇ ਆ ਰਿਹਾ ਸੀ ਜੀ। ਹਾਂਜੀ, ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਅਤੇ ਮੇਰੇ ਮਗਰ ਮੋਟਰਸਾਈਕਲ 'ਤੇ 3 ਬੰਦੇ ਲੱਗ ਗਏ। ਅੱਛਾ ਜੀ, ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ, ਮੈਂ ਐਕਟਿਵਾ 'ਤੇ ਸੀ, ਮੈਨੂੰ ਉਹਨਾਂ ਧੱਕਾ ਮਾਰਿਆ, ਮੈਂ ਡਿੱਗ ਪਿਆ। ਇੱਕ ਨੇ ਛੁਰੀ ਕੱਢ ਲਈ ਜੀ, ਉਹ ਛੁਰੀ ਕੱਢ ਕੇ ਮਾਰੀ ਆ। ਅੱਛਾ ਜੀ, ਮੈਨੂੰ, ਮੈਂ ਕੰਧ ਨਾਲ ਵੱਜਾ ਅਤੇ ਮੇਰੇ ਆ ਸੱਟਾਂ ਲੱਗ ਗਈਆਂ। ਅੱਛਾ ਜੀ, ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ। ਅੱਛਾ ਜੀ, ਉਹ ਉਹਨਾਂ ਨੇ ਡਿੱਗੀ ਖੋਲ੍ਹ ਕੇ ਅਤੇ ਉਹ 4 ਲੱਖ ਰੁਪਈਆ ਲੈ ਕੇ ਅਤੇ ਪਵਨ ਨਗਰ ਬਾਜ਼ਾਰ ਨੂੰ ਨਿਕਲ ਗਿਆ ਜੀ। ਕਿੰਨੇ? ਅਤੇ 25-30 ਸਾਲ ਦੇ ਵਿੱਚ ਜੀ। ਕੋਈ ਮਾਲ, ਕੋਈ ਮੂੰਹ 'ਤੇ ਕੱਪੜਾ ਬੰਨਿਆ ਜਾਂ ਕੋਈ ਬੰਨਿਆ ਸੀ? ਕਿਸੇ ਨੇ ਬੰਨਿਆ? ਇਹ ਇੱਕ ਸਰਦਾਰ ਸੀ ਜੀ। ਅੱਛਾ ਜੀ, ਦੋ ਕਾਲੇ ਸੀ। ਅੱਛਾ ਜੀ, ਅਤੇ ਕਾਤੇ ਆਏ ਨਾਲ? ਹਾਂ ਜੀ, ਕਾਲੇ ਰੰਗ ਦਾ ਜੀ। ਕਿਹੜਾ ਮੋਟਰ ਸਪਲੈਂਡਰ ਸੀ, ਕਿਹੜਾ ਸੀ? ਮੈਂ ਪਛਾਣ ਨਹੀਂ ਸਕਿਆ ਕਿਹੜਾ। ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਾ? ਨਹੀਂ, ਕੋਈ ਨਹੀਂ ਪਤਾ ਲੱਗਾ ਜੀ। ਮੋਕਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਹੈ ਜੀ। ਮੌਕੇ ਤੇ ਐਸ ਐਚ ਓ ਆ ਗਏ ਆ ਤੇ ਮੌਕੇ ਤੇ ਵੇਖਣਗੇ ਵੀ ਕੀ ਗੱਲਬਾਤ ਹੈ। ਧੱਕਾ ਦੇ ਕੇ ਮਾਰ ਕੇ ਸੱਟਾ ਲਾਤੀ ਹੈ ਜੀ। ਹਾਂ, ਛੁਰੀ ਮਾਰੀ ਹੈ। ਕੰਧ 'ਤੇ ਛੁਰੀ ਮਾਰੀ ਹੈ? ਕੰਧ 'ਤੇ ਨਹੀਂ ਛੁਰੀ ਵੱਜੀ, ਕੰਧ 'ਤੇ ਮੈਨੂੰ ਧੱਕਾ ਮਾਰ ਕੇ ਕੰਧ ਨੂੰ ਮਾਰਿਆ ਜੀ। ਕੰਧ ਨੂੰ ਮਾਰਿਆ? ਕੰਧ ਨੂੰ ਮਾਰਿਆ ਤੇ ਉਹ ਸੱਟਾਂ ਲੱਗ ਗਈਆਂ ਜੀ। ਅਤੇ ਤੁਹਾਨੂੰ ਕਿ ਧੱਕਾ ਮਾਰ ਕੇ ਸੁੱਟਿਆ ਉਹਨਾਂ ਨੇ? ਸੁੱਟਿਆ ਜੀ। ਉਹ ਕਿਹਦੇ, ਤੁਸੀਂ ਕਿਹਦੇ 'ਤੇ ਗਏ ਸੀ? ਮੈਂ ਐਕਟਿਵਾ 'ਤੇ ਜੀ। ਦੱਸ ਦਿਆ ਵੀ ਇਹਨਾਂ ਬੰਦਿਆਂ ਨੂੰ ਫੜਿਆ ਜਾਵੇ, ਤੁਹਾਡਾ ਕਰੋ ਪਬਲਿਕ ਹੱਥ 'ਚੋਂ ਜਾਈ ਤਿਆਰ ਹੋਇਆ ਜੀ। ਹੁਣੇ ਸਾਨੂੰ ਇੰਟੀਮੇਸ਼ਨ ਪਹੁੰਚੀ, ਅਸੀਂ ਮੌਕੇ 'ਤੇ ਪਹੁੰਚੇ ਹਾਂ, ਅਸੀਂ ਸੀ ਸੀ ਟੀਵੀ ਕੈਮਰੇ ਵਾਚਣੇ ਸ਼ੁਰੂ ਕਰ ਦਿੱਤੇ ਆ, ਜਲਦੀ ਇਹਨਾਂ ਨੂੰ ਟਰੇਸ ਕਰਕੇ ਅਤੇ ਦੋਸ਼ੀਆਂ ਨੂੰ ਅਰੈਸਟ ਕਰਾਂਗੇ। ਸਰ ਕਿੰਨੇ ਨਾਮ? ਇਹ 3 ਅਤੇ ਸਰ ਅਜੇ ਤਾਂ ਮੋਟਰਸਾਈਕਲ 'ਚ ਬਾਕੀ ਸੀ, ਅਜੇ ਸ਼ੁਰੂ ਕੀਤੀ ਤਫਤੀਸ਼, ਬਾਕੀ ਤਫਤੀਸ਼ ਕੰਪਨ ਹੋ ਸੀ ਆਈ ਸਾਹਮਣੇ, ਸੀ ਸੀ ਟੀਵੀ ਵੇਖਣਾ ਸ਼ੁਰੂ ਕੀਤੇ ਅਸੀਂ, ਫਿਰ ਜੋ ਵੀ ਸਾਹਮਣੇ ਤੁਹਾਨੂੰ ਫੈਕਟ ਸਾਰੇ ਦੱਸ ਦਾਂਗੇ। ਇਹ ਹੁਣ ਵੇਖਦੇ ਹਾਂ ਜੀ, ਤਫਤੀਸ਼ ਕਰਦੇ ਹਾਂ ਸਾਰਾ, ਤਫਤੀਸ਼ ਦਾ ਪਾਰਟ ਹੈ ਕੋਈ 4 ਲੱਖ ਰੁਪਏ ਡਿੱਗੀ 'ਚ ਪਏ ਆ, ਕਿਸੇ ਨੂੰ ਪਤਾ ਵਾ ਜਾਂ ਕਿੱਦਾਂ ਪਤਾ ਲੱਗਾ ਉਹਨਾਂ ਨੂੰ, ਉਹ ਸਾਰਾ ਵੇਖਦੇ ਹਾਂ ਜੀ। ਮੈਂ ਤਫਤੀਸ਼ ਸਾਰੀ ਕਰਕੇ ਫਿਰ ਤੁਹਾਨੂੰ ਦੱਸਦਾ। ਕਿੱਥੋਂ ਦਾ ਰਹਿਣ ਵਾਲਾ ਸੀ, ਕੀ ਨਾਮ ਸੀ? ਇਹ ਪਵਨ ਨਗਰ ਦੇ ਰਹਿਣ ਵਾਲੇ ਆ, ਸੁਰਜੀਤ ਕੁਮਾਰ ਨਾਂ ਇਹਨਾਂ ਦਾ। ਸਰ ਕੰਮ ਕੀ ਕਰਦੇ ਸੀ ਇਹਨਾਂ ਦਾ? ਇਹ ਕਿਤਾਬਾਂ ਦਾ ਕੰਮ ਕਰਦੇ ਤੇ ਦੱਸਣ ਮੁਤਾਬਕ ਅਜੇ ਅਸੀਂ ਸ਼ੁਰੂ ਕੀਤੀ ਤਫਤੀਸ਼, ਬਾਕੀ ਤੁਹਾਨੂੰ ਤਫਤੀਸ਼ ਮੁਕੰਮਲ। ਸਰ ਜਿਹੜੇ ਮੁੰਡੇ ਸੀ ਉਹ ਕਿੰਨੀ ਉਮਰ ਸੀ ਉਹਨਾਂ ਦੀ ਜੀ? ਅਜੇ ਜੀ ਅਸੀਂ ਸ਼ੁਰੂ ਪਹੁੰਚੇ ਹਾਂ ਮੌਕੇ 'ਤੇ, ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ, ਅਤੇ ਸਾਰਾ ਕਰਕੇ ਤੁਹਾਨੂੰ ਫਿਰ ਦੱਸ ਦਿੰਦੇ ਜੀ ਤਫਤੀਸ਼।